ਸਤਿ ਸ਼੍ਰੀ ਅਕਾਲ ਜੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਮੇਰੇ ਬਹੁਤ ਹੀ ਪਿਆਰੇ ਕਿਸਾਨ ਦੋਸਤੋ ਇਸ ਸਮੇਂ ਲਾਈਵ ਹੋਣ ਦਾ ਮਕਸਦ ਇਹ ਹੈ ਕਿ ਤੁਸੀਂ ਦੇਖ ਰਹੇ ਹੋ ਕਰੋਨਾ ਦਾ ਬਹਾਨਾ ਬਣਾ ਕੇ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਇਸ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਤਾ ਲੱਗਿਆ ਹੈ ਕਿ ਗਾਜੀਪੁਰ ਬਾਰਡਰ ਦੇ ਉੱਤੇ ਇੱਕ ਕੈਂਟਰਸ ਜਾਣ ਬੁੱਝ ਕੇ ਪ੍ਰਸ਼ਾਸਨ ਨੇ ਗਲਤ ਰਸਤੇ ਦੇ ਉੱਤੋਂ ਦੀ ਉਹ ਕੈਂਟਰ ਲੈ ਕੇ ਆਂਦਾ ਜਿਹੜਾ ਕਿ ਆਕਸੀਜਨ ਗੈਸ ਲੈ ਕੇ ਮਰੀਜ਼ਾਂ ਲਈ ਜਾ ਰਿਹਾ ਸੀ ਔਰ ਉਹਨੂੰ ਗਲਤ ਰਸਤੇ ਆਪ ਲਿਆ ਕੇ ਬਾਅਦ ਦੇ ਵਿੱਚ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਖਰਾਬ ਕਰਦੇ ਨੇ ਜਦੋਂ ਕਿ ਉਸ ਕੈਂਟਰ ਦਾ ਜਿਹੜਾ ਡਰਾਈਵਰ ਹੈ ਉਹਦੀ ਬਰਡਿੰਗ ਕੀ ਆ ਉਹ ਕੀ ਕਹਿ ਰਿਹਾ ਹੈ ਉਹ ਬੜਾ ਕਲੀਅਰ ਸਪਸ਼ਟ ਦੱਸ ਰਿਹਾ ਹੈ ਕਿ ਕਿਸਾਨਾਂ ਨੇ ਮੇਰੀ ਮਦਦ ਕੀਤੀ ਹੈ ਕਿਸਾਨਾਂ ਨੇ ਰਸਤਾ ਦਿੱਤਾ ਹੈ ਕਿਸਾਨਾਂ ਨੇ ਮੈਨੂੰ ਲੰਘਾਇਆ ਹੈ ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਨੂੰ ਜਦੋਂ ਵੇਖਦੇ ਆਂ ਤੇ ਪਤਾ ਲੱਗਦਾ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਇਹਨਾਂ ਅੰਦੋਲਨਕਾਰੀਆਂ ਨੂੰ ਇਤਨਾ ਤਰ੍ਹਾਂ ਦੇ ਤਰੀਕੇ ਵਰਤ ਕੇ ਬਦਨਾਮ ਕਰਨਾ ਚਾਹੁੰਦੀ ਹੈ ਔਰ ਹਰ ਤਰੀਕੇ ਦੇ ਨਾਲ ਕੋਸ਼ਿਸ਼ ਹੈ ਕਿ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅੰਦੋਲਨ ਉਠਾਇਆ ਜਾ ਸਕੇ ਅੱਜ ਸੋਨੀਪਤ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸਾਡੀ ਸਿੰਘੂ ਬਾਰਡਰ ਦੀ ਸਾਰੇ ਹੀ ਮਤਲਬ ਸਨੁਯੁਕਤ ਮੋਰਚੇ ਦੇ ਲੀਡਰ ਸਾਹਿਬਾਨ ਉਹਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਸੀ ਤਾਂ ਉਸ ਮੀਟਿੰਗ ਦੇ ਵਿੱਚ ਵੀ ਅਜੰਡਾ ਇਹੀ ਜਿਆਦਾ ਪ੍ਰਭਾਵੀ ਰਿਹਾ ਕਿ ਜਦੋਂ ਆਕਸੀਜਨ ਦੀ ਲੋੜ ਆ ਤੇ ਆਕਸੀਜਨ ਆਉਂਦੀ ਹੈ ਉਹਨੂੰ ਐਮਰਜੈਂਸੀ ਲੰਘਾਇਆ ਜਾਵੇ ਤਾਂ ਇਸ ਗੱਲ ਦੇ ਸਬੰਧ ਦੇ ਵਿੱਚ ਉੱਥੇ ਵੀ ਸਾਡੇ ਵੱਲੋਂ ਵੀ ਇਹ ਸੀ ਕਿ ਇੱਕ ਐਮਰਜੈਂਸੀ ਸੇਵਾ ਹੈ ਇੱਕ ਕਿਸੇ ਵਿਅਕਤੀ ਦੇ ਮੁਰਦੇ ਵਿਅਕਤੀ ਦੇ ਵਿੱਚ ਜਾਨ ਪਾਉਣ ਵਾਲੀ ਗੱਲ ਹੁੰਦੀ ਹੈ ਹਰ ਵਿਅਕਤੀ ਨੂੰ ਕਿਸੇ ਵੀ ਸਮੇਂ ਦੀ ਲੋੜ ਪੈ ਸਕਦੀ ਹੈ ਸੋ ਇਸ ਕਰਕੇ ਇਹਨੂੰ ਬਿਲਕੁਲ ਕਿਸਾਨ ਜਥੇਬੰਦੀਆਂ ਨਹੀਂ ਰੁਕਦੀਆਂ ਸਾਡੇ ਮੋਰਚੇ ਦੇ ਵਿੱਚੋਂ ਅਜਿਹੀਆਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਅਸੀਂ ਪਹਿਲਾਂ ਵੀ ਲੰਘਾ ਰਹੇ ਹਾਂ ਤੇ ਹੁਣ ਵੀ ਲੰਘ ਲੰਘਦੀਆਂ ਰਹਿਣਗੀਆਂ ਪੱਟ ਇੱਕ ਗੱਲ ਜ਼ਰੂਰ ਧਿਆਨ ਦੇਣ ਵਾਲੀ ਹੈ ਔਰ ਜਿਹੜੀ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਵੀ ਆਏ ਹਾਂ ਕਿ ਜਿਸ ਤਰ੍ਹਾਂ ਗਾਜੀਪੁਰ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਨੂੰ ਸਾਡੇ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਦਾ ਇੱਕ ਛੜਜੰਤਰ ਰਚਿਆ ਗਿਆ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਥੇ ਵੀ ਹਾਲਾਂਕਿ ਬਾਹਰ ਦੀ ਬਹੁਤ ਵਧੀਆ ਰਸਤਾ ਜਾ ਰਿਹਾ ਹੈ ਦਿੱਲੀ ਨੂੰ ਲੇਕਿਨ ਪ੍ਰਸ਼ਾਸਨ ਚਾਹੁੰਦਾ ਹੈ ਕਿ ਇਹਦੇ ਵਿੱਚ ਨਹੀਂ ਲਿਆਂਦਾ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਵੇਜ ਦੀ ਨਗਾ ਸਕਦੇ ਆ ਬਟ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਇੱਥੇ ਪ੍ਰਸ਼ਾਸਨ ਨੂੰ ਵੀ ਅਸੀਂ ਦੱਸਿਆ ਕਿ ਟ੍ਰੈਫਿਕ ਬਹੁਤ ਹੁੰਦੀ ਹੈ ਕਿਤੇ ਟ੍ਰੈਫਿਕ ਜਾਮ ਹੁੰਦੀ ਹੈ ਤੇ ਜਾਮ ਹੋਈ ਟ੍ਰੈਫਿਕ ਦੇ ਵਿੱਚ ਅਗਰ ਇਹ ਗੈਸ ਪਹੁੰਚਣ ਦੇ ਵਿੱਚ ਦੇਰੀ ਹੁੰਦੀ ਹੈ ਤੇ ਉਹਦੀ ਜ਼ਿੰਮੇਵਾਰ ਸੋਨੀਪੱਤ ਪ੍ਰਸ਼ਾਸਨ ਹੋਏਗਾ ਹਰਿਆਣਾ ਸਰਕਾਰ ਹੋਏਗੀ ਸਾਡਾ ਕਿਸਾਨਾਂ ਕਿਸਾਨ ਅੰਦੋਲਨਕਾਰੀਆਂ ਦਾ ਕੋਈ ਉਹਦੇ ਵਿੱਚ ਮਤਲਬ ਰੋਲ ਨਹੀਂ ਹੋਏਗਾ ਉਹਦੀ ਜ਼ਿੰਮੇਵਾਰੀ ਇਹ ਸਰਕਾਰ ਚੱਕੇ ਨਾਲ ਇੱਕ ਗੱਲ ਦੇ ਉੱਤੇ ਹੋਰ بڑا ਜ਼ੋਰ ਦਿੱਤਾ ਗਿਆ ਅੱਜ ਮੀਟਿੰਗ ਦੇ ਵਿੱਚ ਕਿ ਕਿਸਾਨ ਵੈਕਸੀਨ ਲਉਣ ਦੇਖੋ ਜਿਹੜੀ ਟੀਕੇ ਦੀ ਗੱਲ ਆਉਂਦੀ ਹੈ ਇਸ ਮਾਮਲੇ ਦੇ ਵਿੱਚ ਤਾਂ ਇਹਨਾਂ ਦੀ ਆਪਣੀ ਜਿਹੜੀ ਰਿਪੋਰਟ ਆ ਸਰਕਾਰ ਦੀ ਦਿੱਲੀ ਦੀ ਉਹ ਇਹ ਕਹਿ ਰਹੀ ਹੈ ਕਿ 10000 ਅਗਰ ਟੀਕਾਕਰਨ ਹੁੰਦਾ ਹੈ ਤਾਂ ਉਹਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਣੀ ਸੁਭਾਵਕ ਹੈ ਇਹ ਕਹਿੰਦਾ ਇਹਨਾਂ ਦਾ ਟੀਕਾ ਕਰਨ ਵਾਲਾ ਸਿਸਟਮ ਦਿੱਲੀ ਦੀ ਰਿਪੋਰਟ ਕਹਿੰਦੀ ਹੈ ਹੁਣ ਸਾਡੀ ਬੇਨਤੀ ਇਹ ਹੈ ਕਿ ਜਿਹੜੇ ਸਾਡੇ ਤੇ ਬਹੁਤ ਇੱਥੇ ਦਾ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਇੱਥੇ ਐਡਾ ਵੱਡਾ ਜੇ ਨੁਕਸਾਨ ਹੋਏਗਾ 10000 ਦੇ ਮਗਰ ਜੇਕਰ ਤਿੰਨ ਵਿਅਕਤੀਆਂ ਦੀ ਮੌਤ ਹੁੰਦੀ ਹੈ ਇੱਥੇ ਤਾਂ ਬਹੁਤ ਵੱਡਾ ਨੁਕਸਾਨ ਝੱਲਣਾ ਪੈਗਾ ਸਾਨੂੰ ਉਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਜ਼ਿੰਮੇਵਾਰੀ ਚੱਕਣ ਤੋਂ ਭਜਦੀ ਹੈ ਡੀਸੀ ਸਾਹਿਬ ਐਸਐਸਪੀ ਸਾਹਿਬ ਇਸ ਜ਼ਿੰਮੇਵਾਰੀ ਤੋਂ ਭਜਦੇ ਨੇ ਉਹਨਾਂ ਨੇ ਕਿਹਾ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਤਾਂ ਫਿਰ ਜ਼ਬਰਦਸਤੀ ਤਾਂ ਟੀਕਾ ਨਹੀਂ ਲਵਾਇਆ ਜਾ ਸਕਦਾ ਸੋ ਇਸ ਕਰਕੇ ਜੋ ਕੋਈ ਕਿਸਾਨ ਟੀਕਾ ਲਵਾਉਣਾ ਚਾਹੁੰਦਾ ਹੈ ਉਹ ਆਪਣੀ ਖੁਸ਼ੀ ਨਾਲ ਲਵਾ ਸਕਦਾ ਲੇਕਿਨ ਜਬਰਦਸਤੀ ਕੋਈ ਨਹੀਂ ਕਰ ਸਕਦਾ ਕਿਸਾਨਾਂ ਦੇ ਉੱਤੇ ਟੀਕਾ ਲਾਉਣ ਲਈ ਐਸਸੀ ਪ੍ਰਸ਼ਾਸਨ ਨੂੰ ਕੋਰਾ ਜਵਾਬ ਦੇ ਕੇ ਆਏ ਆ ਨਾਲ ਹੀ ਇਹ ਗੱਲ ਹੈ ਕਿ ਇੱਥੇ ਜ਼ਬਰਦਸਤੀ ਕਿਸੇ ਤਰ੍ਹਾਂ ਦਾ ਕਿਸੇ ਵੀ ਕਿਸਾਨ ਦਾ ਕਰੋਨਾ ਟੈਸਟ ਨਹੀਂ ਕੀਤਾ ਜਾਏਗਾ ਐਬੀਐਸੀ ਠੋਕ ਬੁਜਾ ਕੇ ਜਵਾਬ ਦੇ ਕੇ ਆਏ ਆ ਪ੍ਰਸ਼ਾਸਨ ਨੂੰ ਸੋ ਮੇਰੇ ਦੋਸਤੋ ਸਰਕਾਰ ਦੀ ਕੋਸ਼ਿਸ਼ ਹੈ ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਤੇ ਮੈਂ ਜਿੰਨੇ ਵੀ ਮੇਰੇ ਇੱਥੇ ਅੰਦੋਲਨਕਾਰੀ ਵੀਰ ਬੈਠੇ ਨੇ ਉਹ ਇੱਕ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਣਗੇ ਜਦੋਂ ਐਂਬੂਲੈਂਸ ਜਾਂਦੀ ਹੈ ਆਪਾਂ ਪਹਿਲਾਂ ਵੀ ਐਂਬੂਲੈਂਸ ਨੂੰ ਰਸਤਾ ਦਿੰਨੇ ਆ ਕਿਤੇ ਵੀ ਅਗਰ ਇਸ ਗੈਸ ਵਾਲੀ ਗੱਡੀ ਆਉਂਦੀ ਹੈ ਤਾਂ ਸਾਡੀ ਹੱਥ ਮੰਨ ਕੇ ਬੇਨਤੀ ਹੈ ਉਹਨੂੰ ਵੀ ਆਪਾਂ ਕਿਸੇ ਨੇ ਰੋਕਣਾ ਨਹੀਂ ਕਿਉਂਕਿ ਆਕਸੀਜਨ ਕਿਸੇ ਵਿਅਕਤੀ ਦੀ ਜਾਨ ਬਚਾ ਸਕਦੀ ਹੈ ਇਹਨੂੰ ਹਸਪੀਟਲ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਬਹੁਤ ਛੇਤੀ ਚ ਪਹੁੰਚਣੀ ਚਾਹੀਦੀ ਹੁੰਦੀ ਹੈ ਸੋ ਇਸ ਕਰਕੇ ਇਹਨਾਂ ਸੇਵਾਵਾਂ ਨੂੰ ਲੋਹਾਂ ਨੂੰ ਜ਼ਰੂਰ ਆਪਾਂ ਧਿਆਨ ਦੇ ਵਿੱਚ ਦੇਣਾ ਹੈ ਧਿਆਨ ਰੱਖ ਕੇ ਇਹਨਾਂ ਦੇ ਉੱਤੇ ਆਪਾਂ ਰਸਤਾ ਵੀ ਦੇਣ ਦੀ ਕੋਸ਼ਿਸ਼ ਕਰਨੀ ਹੈ ਸੋ ਇੰਨੀਕ ਬੇਨਤੀ ਸਾਡੇ ਮਤਲਬ ਪ੍ਰਵਾਨ ਕਰਨੀ ਹੈ ਲੇਕਿਨ ਸਰਕਾਰ ਜਿਹੋ ਜਿਹੇ ਰਸਤੇ ਤੇ ਤੁਰੀ ਹੋਈ ਹੈ ਅੰਦੋਲਨ ਨੂੰ ਬਦਨਾਮ ਕਰਨ ਲੋਕਾਂ ਨੂੰ ਆਸ ਪੜੋਸ ਦੇ ਲੋਕਾਂ ਨੂੰ ਨਾਰਾਜ਼ ਕਰਕੇ ਸਾਡੇ ਨਾਲ ਸਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰ ਦੇ ਕੋਈ ਦਾਅ ਪੇਚ ਸਫਲ ਨਾ ਹੋਵੇ ਅੱਜ ਇੱਕ ਬਹੁਤ ਵੱਡੀ ਮੀਟਿੰਗ ਹੋਈ ਹੈ ਖਾਪ ਪੰਚਾਇਤਾਂ ਦੀ ਔਰ ਉਸ ਮੀਟਿੰਗ ਦੇ ਵਿੱਚ ਸਾਰੀਆਂ ਖਾਪਾਂ ਨੇ ਆ ਕੇ ਵੱਡੀ ਪੱਧਰ ਦੇ ਉੱਤੇ ਇੱਥੇ ਖਾਪਾਂ ਪਹੁੰਚੀਆਂ ਲਗਭਗ 60-70 ਦੇ ਕਰੀਬ ਖਾਪਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਅੰਦੋਲਨ ਦੇ ਨਾਲ ਸੀ ਔਰ ਅੰਦੋਲਨ ਦੇ ਨਾਲ ਹਾਂ ਔਰ ਜਦ ਤੱਕ ਇਹ ਅੰਦੋਲਨ ਜਿੱਤਿਆ ਨਹੀਂ ਜਾਂਦਾ ਅੰਦੋਲਨ ਦੇ ਨਾਲ ਰਹਾਂਗੇ ਔਰ ਹਰ ਤਰ੍ਹਾਂ ਦੀ ਜਿਹੜੀ ਸਰਕਾਰ ਦੀ ਜਿਹੜੀ ਕੋਜੀ ਚਾਲ ਹੈ ਉਹਨੂੰ ਅਸੀਂ ਪਛਾੜਨ ਦੇ ਵਿੱਚ ਮੋਰੀ ਹੋ ਕੇ ਮੋਰੀਆਂ ਦਾ ਰੋਲ ਅਦਾ ਕਰਾਂਗੇ ਇਹ ਸਾਨੂੰ ਹਰਿਆਣੇ ਦੀਆਂ ਖਾਪਾਂ ਨੇ ਅੱਜ ਮੀਟਿੰਗ ਦੇ ਵਿੱਚ ਵਿਸ਼ਵਾਸ ਦਵਾਇਆ ਧੰਨਵਾਦੀ ਹਾਂ ਅਸੀਂ ਹਰਿਆਣੇ ਦੇ ਉਹਨਾਂ ਖਾਪਾਂ ਦੇ ਮੁਖੀਆਂ ਦੇ ਉਹਨਾਂ ਪ੍ਰਧਾਨਾਂ ਦੇ ਜਿਨ੍ਹਾਂ ਨੇ ਅੱਜ ਮੀਟਿੰਗ ਦੇ ਵਿੱਚ ਆ ਕੇ ਸਾਡੇ ਇਸ ਅੰਦੋਲਨ ਨੂੰ ਬਲ ਦਿੱਤਾ ਹੈ ਔਰ ਨਾਲ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਜੇਕਰ ਸਰਕਾਰ ਇਸ ਅੰਦੋਲਨ ਨੂੰ ਬਖੇਰਨ ਦਾ ਯਤਨ ਕਰੇਗੀ ਤਾ ਹਰਿਆਣੇ ਦੀਆਂ ਖਾਪਾਂ ਹਰਿਆਣੇ ਦੇ ਲੋਕ ਮੂਰੇ ਹੋ ਕੇ ਸਰਕਾਰ ਦੇ ਨਾਲ ਭੜਨ ਤੋਂ ਪਿੱਛੇ ਨਹੀਂ ਹਟਣਗੇ ਸਰਕਾਰ ਨਾਲ ਭੜਨਗੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਪੂਰੇ ਦੇਸ਼ ਦੇ ਕਿਸਾਨ ਵੀਰਾਂ ਨੂੰ ਖਾਸ ਕਰਕੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਿ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਮਾਂਕਾਰਾਂ ਦਾ ਧਿਆਨ ਨਾ ਕਰਦੇ ਹੋਏ ਇਸ ਸਰਕਾਰ ਦੀਆਂ ਚਾਲਾਂ ਨੂੰ ਪਛਾੜਨ ਦੇ ਲਈ ਸਰਕਾਰ ਦੀਆਂ ਕੋਝੀਆਂ ਹਰਕਤਾਂ ਨੂੰ ਪਛਾੜਨ ਦੇ ਲਈ ਆਪਾਂ ਇਸ ਅੰਦੋਲਨ ਨੂੰ ਮਜ਼ਬੂਤ ਕਰੀਏ ਕੋਸ਼ਿਸ਼ ਕਰੋ ਵੱਡੀ ਗਿਣਤੀ ਹਰ ਵਿਅਕਤੀ ਇਹਦੇ ਵਿੱਚ ਸ਼ਾਮਲ ਹੋਵੇ ਤਾਂ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਆਪਣੇ ਇਸ ਅੰਦੋਲਨ ਦੇ ਨਾਲ ਛੇੜਛਾੜ ਕਰਨ ਦੇ ਵਿੱਚ ਸਫਲ ਨਾ ਹੋ ਸਕੇ ਸੋ ਇੰਨੀਆ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ